ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਸ ਘਟੀਆ ਇਨਸਾਨ ਨੇ ਪਰਮੇਸ਼ਵਰਮਾ ਨੂੰ ਗੋਲੀ ਲੱਗਣ ਉਪਰੰਤ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਮੰਦਾ ਆਖਿਆ ਸੀ, ਉਹ ਆਖਿਰਕਾਰ ਮਾਫ਼ੀ ਮੰਗ ਰਿਹਾ ਹੈ ਅਤੇ ਉਹ ਮਾਫ਼ੀ ਮੰਗਣ 'ਤੇ ਕਿਉਂ ਮਜਬੂਰ ਹੋਇਆ, ਉਹ ਵੀ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ। ਬਾਬਾ ਦਿਲਪ੍ਰੀਤ ਨੇ ਇੱਕ ਹੋਰ ਪੋਸਟ ਕੀਤਾ ਫੇਸਬੁੱਕ 'ਤੇ ਅਤੇ ਉੱਥੇ ਸਿੱਧਾ ਸਿੱਧਾ ਹੱਥ ਬੰਨ ਕੇ ਇਹ ਬੇਨਤੀ ਕੀਤੀ ਗਈ ਕਿ ਇਸ ਘਟਨਾ ਨੂੰ ਕੋਈ ਵੀ ਧਾਰਮਿਕ ਰੰਗਤ ਨਾ ਦਿੱਤੀ ਜਾਵੇ, ਕਿਸੇ ਧਰਮ ਦੇ ਨਾਲ ਨਾ ਜੋੜਿਆ ਜਾਵੇ। ਜੇ ਸਰਦਾਰ ਨੇ ਗੋਲੀ ਮਾਰੀ ਹੈ ਤਾਂ ਉਸਦਾ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ। ਮੈਂ ਦਸ਼ਮੇਸ਼ ਪਿਤਾ ਦਾ ਸਿੰਘ ਹਾਂ, ਪਰ ਜੋ ਮਸਲਾ ਹੈ ਇਸ ਨੂੰ ਗਲਤ ਪਾਸੇ ਨਾ ਲੈ ਕੇ ਜਾਓ। ਨਾਲ ਹੀ ਦਿਲਪ੍ਰੀਤ ਬਾਬੇ ਨੇ ਪੂਰੀ ਕੌਮ ਨੂੰ ਮੰਦਾ ਪੌਂਕਣ ਵਾਲੇ ਨੂੰ ਵੀ ਸਿੱਧੀ ਧਮਕੀ ਦਿੱਤੀ ਹੈ ਇਸ ਪੋਸਟ ਦੇ ਵਿੱਚ ਕਿ ਕਾਕਾ ਖਾਣ ਨੂੰ ਜ਼ਹਿਰ ਤੇ ਛਾਲ ਮਾਰਨ ਨੂੰ ਨਹਿਰ ਨਹੀਂ ਲੱਭਣੀ ਜਦ ਮੈਂ ਮਿਲਿਆ ਤਾਂ, ਤੇ ਜਿਹੜੇ ਮਿਲਣਾ ਚਾਹੁੰਦੇ ਨੇ ਉਹਨਾਂ ਦੀ ਇੱਛਾ ਬਹੁਤ ਜਲਦ ਪੂਰੀ ਹੋਵੇਗੀ। ਇਸ ਪੋਸਟ ਉਪਰੰਤ ਸਾਰੀ ਦੀ ਸਾਰੀ ਸਿੱਖ ਕੌਮ ਨੂੰ ਮਾੜਾ ਆਖਣ ਵਾਲੇ ਉਸ ਘਟੀਆ ਇਨਸਾਨ ਨੇ ਲਾਈਵ ਹੋ ਕੇ ਸਾਰੀ ਦੀ ਸਾਰੀ ਸਿੱਖ ਕੌਮ ਤੋਂ ਮਾਫ਼ੀ ਮੰਗੀ। ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ। ਪਹਿਲਾਂ ਤਾਂ ਮੈਂ ਜਿਹੜੀ ਮੇਰੇ ਪਰਸੋਂ ਵੀਡੀਓ ਮੇਰੀ ਅਪਲੋਡ ਹੋਈ ਸੀ ਯੂਟਿਊਬ 'ਤੇ ਚਾਹੇ ਫੇਸਬੁੱਕ 'ਤੇ ਸ਼ੇਅਰ ਕੀਤੀ ਸੀ ਸਾਰਿਆਂ ਨੇ, ਉਸ ਚੀਜ਼ 'ਚ ਭਾਅ ਜੀ ਮੈਂ ਕੁਛ ਜ਼ਿਆਦਾ ਗਲਤ ਹੋ ਗਿਆ ਤਾਂ ਸਿੱਖ ਮੈਚੋਰਟੀਜ਼ ਬਾਰੇ, ਅਤੇ ਜੋ ਕਿ ਮੈਂ ਉਸ ਚੀਜ਼ ਦੀ ਖੁਦ ਨਿੰਦਾ ਕਰਦਾ ਹੋਇਆ ਮੈਂ ਉਸ ਚੀਜ਼ ਦੀ ਮਾਫ਼ੀ ਮੰਗਦਾ, ਕਿਉਂਕਿ ਜਿਹਨੇ ਪਰਮੇਸ਼ਵਰ ਮੈਨੂੰ ਗੋਲੀ ਮਾਰੀ ਹੈ ਮੈਨੂੰ ਉਸ ਦੀ ਨਿੰਦਾ ਕਰਨੀ ਚਾਹੀਦੀ ਸੀ, ਉਹ ਵੀ ਪੁਲਿਸ ਕੋਲ ਖੜ ਹੋ ਗਿਆ, ਹੁਣ ਉਹਦੀ ਵੀ ਨਿੰਦਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਠੀਕ ਹੈ ਜੀ, ਬਾਕੀ ਜੇ ਕੋਈ ਗਲਤੀ ਹੋਈ ਹੋਏ ਤਾਂ ਛੋਟੇ ਭਰਾ ਨੂੰ ਮਾਫ਼ ਕਰਿਓ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਸ ਤਰ੍ਹਾਂ ਉਹ ਕੀਤੀ ਹੈ, ਉਸ ਤੋਂ ਵੱਧ ਕਰਿਓ ਸ਼ੇਅਰ। ਜੈ ਸ਼੍ਰੀ ਰਾਮ ਜੀ, ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਗੁਰੂ ਪਿਆਰਿਓ, ਅੱਜ ਕੱਲ੍ਹ ਹਰ ਕਿਸੇ ਦੇ ਜ਼ਹਿਨ ਦੇ ਵਿੱਚ ਇੱਕੋ ਹੀ ਚੀਜ਼ ਬੜੀ ਹੋਈ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਯੂਟਿਊਬ ਦਾ ਜਾਂ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਆਪਣਾ ਨਾਮ ਚਮਕਾਈਏ, ਵਿਊਜ਼ ਵਧਾਈਏ ਜਾਂ ਲੋਕਾਂ ਦੇ ਵਿੱਚ ਆਪਣੀ ਇੱਕ ਪਛਾਣ ਬਣਾਈਏ। ਪਰ ਜਿੱਦਾਂ ਇਸ ਘਟੀਆ ਇਨਸਾਨ ਨੇ ਘਟੀਆ ਤਰੀਕਾ ਅਪਣਾਇਆ, ਉਸ ਦੇ ਨਾਲ ਇਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤਾਂ ਆ ਗਿਆ, ਪਰ ਅਜਿਹਾ ਨਜ਼ਰਾਂ ਦੇ ਵਿੱਚ ਆਇਆ ਕਿ ਜਿਸ ਦੇ ਨਤੀਜੇ ਬਹੁਤ ਮਾੜੇ ਵੀ ਹੋ ਸਕਦੇ ਨੇ। ਇਸ ਕਰਕੇ ਅਸੀਂ ਹਮੇਸ਼ਾ ਆਪਣੇ ਚੈਨਲ ਵੱਲੋਂ ਕਹਿੰਦੇ ਹਾਂ ਕਿ ਜਦੋਂ ਵੀ ਸੋਸ਼ਲ ਮੀਡੀਆ ਦਾ ਤੁਸੀਂ ਸਹਾਰਾ ਲਵੋ, ਚਾਹੇ ਕੋਈ ਵੀ ਪਲੇਟਫਾਰਮ ਹੋਵੇ, ਅਜਿਹੀ ਚੀਜ਼ ਲੋਕਾਂ ਨੂੰ ਪਰੋਸਿਆ ਕਰੋ, ਅਜਿਹੀ ਚੀਜ਼ ਲੋਕਾਂ ਦੇ ਸਾਹਮਣੇ ਰੱਖਿਆ ਕਰੋ ਜਿਸ ਦੇ ਨਾਲ ਉਹਨਾਂ ਨੂੰ ਕੋਈ ਚੰਗੀ ਚੀਜ਼ ਸਿੱਖਣ ਨੂੰ ਮਿਲੇ, ਕੋਈ ਚੰਗੀ ਸੇਧ ਮਿਲੇ, ਨਾ ਕਿ ਪੁੱਠਾ ਸਿੱਧਾ ਬੋਲ ਕੇ ਭੜਕਾਊ ਗੱਲਾਂ ਕਰਕੇ ਅਸੀਂ ਆਪ ਕੁਹਾੜੀ 'ਤੇ ਪੈਰ ਮਾਰੀਏ। ਜੇ ਵਿਚਾਰ ਚੰਗੇ ਲੱਗੇ ਹੋਣ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।